ਸੰਤਾ ਜੀ ਕੀ ਹਾਲ ਚਾਲ ਹੈ? ਬਹੁਤ ਹੀ ਵਧੀਆ ਵਧੀਆ। ਕਿੱਦਾਂ ਲੱਗਾ ਤੁਹਾਨੂੰ ਕੈਨੇਡਾ? ਕੀ ਬਾਤ ਹੈ! ਚਲੋ ਸ਼ੁਕਰ ਆ ਪਰਮਾਤਮਾ ਦਾ, ਵਧੀਆ ਚਾਹੀਦੀ ਆ। ਇਹ ਆ ਜੀ ਮੇਰਾ ਨੈਫਿਊ। ਅੱਛਾ, ਨੈਫਿਊ ਨੈਫਿਊ ਕੀ ਹੁੰਦਾ? ਇਹ ਭਾਂਜਾ। ਅੱਛਾ ਅੱਛਾ, ਭਾਂਜਾ, ਭੈਣ ਦਾ ਮੁੰਡਾ। ਭੈਣ ਦਾ ਮੁੰਡਾ, ਇਹ ਇਧਰਲਾ ਕੈਨੇਡਾ ਦਾ ਹੀ ਬੌਰ ਨੇ। ਅੱਛਾ, ਵੈਰੀ ਗੁੱਡ। ਹਾਂ, ਇਹ ਪੰਜਾਬੀ ਥੋੜੀ ਇਹਨੂੰ ਘੱਟ ਆਉਂਦੀ ਹੈ। ਹਾਂ, ਜਿਹਦਾ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ। ਹਾਂ, ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਵੈਸੇ 12ਵੀਂ ਜਮਾਤ ਪੜਿਆ ਤੇ ਹੁਣ ਇਹਨੇ ਯੂਨੀਵਰਸਿਟੀ ਚ ਜਾਣਾ ਹੈ। ਠੀਕ ਹੈ। How are you? How's that Canada? How's your business? How's your business? ਕੀ ਕਹਿੰਦਾ? ਇੱਕ ਨਾ ਤੁਹਾਡਾ ਬਿਜ਼ਨਸ ਕਿੱਦਾਂ, ਤੁਹਾਨੂੰ ਕੈਨੇਡਾ ਕਿੱਦਾਂ ਦੀ ਲੱਗੀ? ਇਹ ਪੰਜਾਬੀ ਨਹੀਂ ਨਾ ਆਉਂਦੀ ਸਾਨੂੰ, ਚੁ ਨਾ ਉਹ ਆਉਂਦੀ ਨਹੀਂ ਨਾ, ਅੰਗਰੇਜ਼ੀ ਨਹੀਂ ਆਉਂਦੀ ਸਾਨੂੰ। ਚਲੋ ਛੱਡੋ, ਫਿਰ ਪੈਗ ਲਾਓ, ਆਪੇ ਲਾ ਜਾਣਾ ਬੜਾ ਪੈਗ ਲਾਓ। ਬੱਚੇ ਲਾਇਕ ਹੋਣੇ ਚਾਹੀਦੇ ਆ, ਮੁੰਡਾ ਵਧੀਆ, ਬਹੁਤ ਵਧੀਆ ਪੜ੍ਹਨ ਲਿਖਣ ਵਾਲਾ। I know he is your nephew, he is in 12th class and he is a very smart person and he will be become very good in future. Very long and tall, smart, very good boy. He will become a hero in English film, Bollywood in film. Very good boy. He is your nephew, yeah. What is your, from where is your father? ਮੈਂ ਆਪਾਂ ਜੱਟ ਦਾ, ਮੇਰੇ ਡੈਡੀ ਤੋਂ ਦੀ ਚੌਧਰੀ ਆ ਤੋਂ। ਆਪਾਂ ਡਰਦੇ ਨਹੀਂ ਕਿਸੇ ਤੋਂ, ਜੇ ਕੋਈ ਔਖਾ ਹੁੰਦਾ ਲੱਤਾਂ ਭੰਨ ਦਿੰਦੀ ਆ। ਚਾਚਾ ਤੈਨੂੰ ਲੋੜ ਪਈ ਮੈਂ ਫੱਟੇ ਚੱਕ ਦੂ, ਮੈਂ ਜੱਟ ਦਾ ਪੁੱਤ ਆ, ਡਰਦੇ ਨਹੀਂ ਹੁੰਦੇ, ਆਪਣੀ ਬੱਲੇ ਬੱਲੇ ਆ ਕੈਨੇਡਾ ਚ। ਵੇਖਿਆ ਭਰਾਓ ਸ਼ਰਾਬ ਦਾ ਹਾਲ, ਜਿਨ੍ਹਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਉਹ ਅੰਗਰੇਜ਼ੀ ਬੋਲੀ ਜਾਂਦੇ ਆ, ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਪੰਜਾਬੀ ਬੋਲੀ ਜਾਂਦੇ ਆ।